ਤੇ ਜਿਹੜਾ ਕੋਈ ਗੈਸਟ ਸੈੱਟ ਤੇ ਆਉਂਦਾ ਕੋਈ ਵੀ ਚਾਹੇ ਆਪਣੇ ਰਜਿਸਟਰੀ ਦਾ ਸੀਗਾ ਉਹ ਮੇਰੇ ਪੈਰੀ ਹੱਥ ਲਾ ਕੇ ਮਤਲਬ ਅੱਗੇ ਲੰਘ ਜਾਂਦਾ ਵੀ ਕੋਈ ਬਜ਼ੁਰਗ ਬੈਠਾ ਬੰਦਾ ਕਲਾਕਾਰ ਪੁਰਾਣਾ ਅੱਛਾ ਉਹ ਜਦੋਂ ਫਿਲਮ ਆਈ ਉਦੋਂ ਬਾਅਦ ਚ ਕਈਆਂ ਨੂੰ ਤਾਂ ਫਿਲਮ ਦੇਖ ਕੇ ਵੀ ਨੀ ਪਤਾ ਲੱਗਿਆ ਵੀ ਇਹ ਕੌਣ ਆ ਤੇ ਉਹ ਕਹਿੰਦੇ ਯਾਰ ਬੁੜੇ ਨੇ ਬੜੀ ਕਮਾਲ ਕੀਤੀ ਹੈ ਪਤਾ ਨੀ ਕਿੱਥੋਂ ਲਿਆਂਦਾ ਇਹਨਾਂ ਨੇ ਕੁੰਡ ਕੱਢ ਕੇ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਯਾਰ ਆਵੇ ਯਾਰ ਆਵੇ ਫਰੈਂਡਸ ਰੇਡੀਓ ਦਾ ਇਹ ਉਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਦਾ ਇਹਦੀ ਵੀ ਫੀਡਬੈਕ ਜ਼ਰੂਰ ਸਾਨੂੰ ਦਿੰਦੇ ਰਿਹਾ ਕਰੋ। ਸੋ ਫਰੈਂਡਸ ਫਰਨੀਚਰ ਵੱਲੋਂ ਇਹ ਇੰਟਰਵਿਊ ਜਿਹੜੀ ਹੈ ਐਕਸਕਲੂਸਿਵ ਸਪੌਂਸਰ ਕੀਤੀ ਜਾ ਰਹੀ ਹੈ ਫਰੈਂਡਸ ਫਰਨੀਚਰ 80 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਐਂਡ ਕੁਈਨ ਦੀ ਲੋਕੇਸ਼ਨ ਹੈ। ਫਰੈਂਡਸ ਫਰਨੀਚਰ ਦੀ ਟੀਮ ਵੱਲੋਂ ਫਰੈਂਡਸ ਰੇਡੀਓ ਦੀ ਟੀਮ ਵੱਲੋਂ ਕਰਮਜੀਤ ਅਨਮੋਲ ਬਾਈ ਜੀ ਨੂੰ ਵੈਲਕਮ ਕਰਦੇ ਹਾਂ ਟੋਰੋਂਟੋ 'ਚ ਆਕਾਸ਼ਵਾਣੀ ਦੀਆਂ ਲਹਿਰਾਂ 'ਤੇ, ਨਾਲ ਦੀ ਨਾਲ ਅਗੇਨ ਵੈਲਕਮ ਕਰਦੇ ਹਾਂ ਸਵੰਤ ਸਿੰਘ ਟੈਣਾ ਸਾਹਿਬ ਦਾ। ਟੈਣਾ ਸਾਹਿਬ ਵੈਲਕਮ, ਕਰਮਜੀਤ ਅਨਮੋਲ ਬਾਈ ਜੀ ਵੈਲਕਮ ਔਨ ਏਅਰ ਹੋ, ਕੰਟੀਨਿਊ ਜੀ। ਕਰਮਜੀਤ ਬਾਈ ਜੀ ਸਤਿ ਸ੍ਰੀ ਅਕਾਲ, ਫਰੈਂਡਸ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਮੈਨੂੰ ਇਸ ਗੱਲ ਦਾ ਅਹਿਸਾਸ ਆ ਕਿ ਤੁਸੀਂ ਬਹੁਤ ਰੁਝੇਵੇਂ ਦੇ ਵਿੱਚ ਹੋ, ਪਰ ਫਿਰ ਵੀ ਤੁਸੀਂ ਸਮਾਂ ਕੱਢਿਆ, ਤਬਦੀਲੀ ਤੌਰ ਦੇ ਉੱਤੇ ਧੰਨਵਾਦ। ਥੈਂਕ ਯੂ ਭੈਣਾ ਸਾਹਿਬ। ਬਾਈ ਜੀ ਤਾਂ ਪੰਜਾਬੀ ਫਿਲਮਾਂ ਦੇ ਉੱਤੇ ਫਿਰ ਬਹਾਰ ਦਾ ਸਮਾਂ ਆਉਣ ਲੱਗਿਆ। ਬਾਈ ਜੀ ਮੈਨੂੰ ਨਾ ਇਸ ਗੱਲ ਦੀ ਬੜੀ ਚੰਗਾ ਲੱਗਦਾ, ਮੈਨੂੰ ਇਸ ਗੱਲ ਦੇ ਉੱਤੇ ਬੜੀ ਤਸੱਲੀ ਦਾ ਅਹਿਸਾਸ ਵੀ ਹੁੰਦਾ ਕਿ ਤੁਸੀਂ ਬਹੁ ਪੱਖੀ ਪ੍ਰਤਿਭਾ ਦੇ ਮਾਲਕ ਵੀ ਹੋ, ਤੇ ਪਹਿਲਾਂ ਤੁਸੀਂ ਗਾਇਕ ਸੀ, ਗਾਇਕੀ ਤੋਂ ਬਾਅਦ ਅਦਾਕਾਰੀ ਤੇ ਅਦਾਕਾਰੀ ਦੇ ਨਾਲ ਨਾਲ ਫਿਰ ਗਾਇਕੀ ਜਾਰੀ, ਇਹ ਜਿਹੜੇ ਦੋਨੋਂ ਰੂਪ ਆ ਬਰਾਬਰ ਬਰਾਬਰ ਇਹਦੇ ਵਿੱਚ ਵਿਚਰਨਾ ਤੁਹਾਡੇ ਲਈ ਤਾਂ ਮੇਰੇ ਖਿਆਲ ਹੁਣ ਸੁਭਾਵਿਕ ਜੀ ਗੱਲ ਹੋ ਗਈ ਹੋਣੀ ਆ, ਉਦਾਂ ਸ਼ੁਰੂਆਤ ਦੇ ਵਿੱਚ ਸਮੱਸਿਆ ਲੱਗਦੀ ਸੀ ਕਿ ਨਹੀਂ ਜੀ ਔਖਾ? ਦੇਖੋ ਜੀ ਜਦੋਂ ਮੈਂ ਸਿਰਫ ਸਿੰਗਿੰਗ ਕਰਦਾ ਸੀਗਾ ਤੇ ਉਦੋਂ ਤੁਹਾਨੂੰ ਪਤਾ ਕਿ ਵਿੱਚ ਦੀ ਫਿਰ ਇਹੋ ਜਿਹਾ ਮਾਹੌਲ ਆ ਗਿਆ ਕਿ ਲੋਕ ਪੈਸੇ ਵਾਲੇ ਸਿੰਗਰ ਆਪਣਾ ਆਪ ਨੂੰ ਪ੍ਰਮੋਟ ਕਰਕੇ ਆਉਂਦੇ, ਫਿਰ ਮੇਰੇ ਕੋਲ ਇੰਨਾ ਪੈਸਾ ਨੀ ਸੀਗਾ ਜੀ ਤੇ ਐਕਟਿੰਗ ਦੇ ਵਿੱਚ ਵੀ ਮੇਰਾ ਖਿਆਲ ਆ ਵੀ ਮੈਂ ਬੇਰੁਜ਼ਗਾਰੀ ਕਰਕੇ ਆਇਆ ਤੇ ਉਹ ਕਹਿੰਦੇ ਵੀ ਕੁਝ ਜਗ੍ਹਾ ਲੱਤ ਸੂਟ ਆ ਜੀ ਤੇ ਮੈਨੂੰ ਭਗਵਾਨ ਮਾਨ ਨੇ ਇੱਧਰ ਹੋ ਸਕਦਾ ਵੀ ਪੈਕਿੰਗ ਕਹਿੰਦੇ ਕਾਲਜ ਵੀ ਇੱਦਾਂ ਕਰਦੀ ਇਕੱਠੀ ਕਰਦੇ ਹੁੰਦੇ ਸੀ ਕੰਮ ਤੇ ਉਹ ਪਰਮਾਤਮਾ ਨੇ ਜੀ ਹੱਥ ਫੜ ਗਿਆ ਤੇ ਮੇਰ ਹੋ ਗਈ ਤੇ ਦੋਨੇ ਪਾਸੇ ਕਿਰਪਾ ਬਾਬੇ ਦੀ। ਬਾਈ ਜੀ ਜਿਹੜੇ ਸਾਡੇ ਸਰੋਤੇ ਆ ਨਾ, ਪਿਛਲੇ ਇੱਕ ਹਫਤੇ ਤੋਂ ਅਸੀਂ ਇਸ ਗੱਲ ਦਾ ਐਲਾਨ ਕੀਤਾ ਹੋਇਆ ਕਿ ਕਰਮਜੀਤ ਅਨਮੋਲ ਆ ਜਿਹੜੇ ਉਹ ਸਿੱਧੀਆਂ ਗੱਲਾਂ ਕਰਨਗੇ ਤੇ ਉਹਨਾਂ ਨੇ ਬਹੁਤ ਸਾਰੀਆਂ ਕਹੀਏ ਗੁਜ਼ਾਰਿਸ਼ਾਂ ਜਾਂ ਕਹਿ ਦਈਏ ਫਰਮਾਇਸ਼ਾਂ ਕੀਤੀਆਂ। ਉਹ ਕਹਿੰਦੇ ਜੇਕਰ ਟਹਿਣੇ ਯਾਰਾਂ ਵੇ ਗਾਣਾ ਨਾ ਸੁਣਿਆ ਨਾ ਤੇ ਫਿਰ ਇੰਟਰਵਿਊ ਕੀਤੀ ਤੇ ਨਾ ਕੀਤੀ ਤੇਰੀ ਇੱਕ ਬਰਾਬਰੀ ਆ, ਪਰ ਇਸ ਗਾਣੇ ਦੀ ਬੋਲ ਜ਼ਰੂਰ ਹੋ ਜਾਣੀ। ਜੀ ਜੀ ਹਾਂਜੀ। ਓ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਯਾਰ ਆਵੇ ਯਾਰ ਆਵੇ ਯਾਰ ਆਵੇ ਯਾਰ ਆਵੇ ਯਾਰ ਯਾਰ ਆਵੇ ਯਾਰ ਜੇਕਰ ਗਾਣਾ ਕੰਨਾਂ ਨੂੰ ਬਹੁਤ ਰਸ ਦਿੰਦਾ ਤਾਂ ਇਹ ਤੁਹਾਡੇ ਵੱਲੋਂ ਗਾਇਆ ਹੋਇਆ ਉਸ ਰੂਪ ਦੇ ਵਿੱਚ ਉਸ ਰੰਗ ਦੇ ਵਿੱਚ। ਥੈਂਕ ਯੂ ਥੈਂਕ ਯੂ ਜੀ, ਬਹੁਤ ਵੱਡੀ ਗੱਲ ਹੈ ਮੇਰੇ ਲਈ, ਬਹੁਤ ਵੱਡਾ ਕੰਪਲੀਮੈਂਟ ਹੈ ਕਿ ਸਾਈਂ ਜ਼ਹੂਰ ਸਾਹਿਬ ਦੇ ਨਾਲ ਤੁਸੀਂ ਕੰਪੇਅਰ ਕੀਤਾ, ਕੰਡੇ ਦੇ ਉੱਤੇ ਬੜੇ ਮਹਿਲ ਵਰਗੀ ਗੱਲ ਲੱਗਦੀ ਜੇਕਰ ਸੋਚ ਸੁਥਰੀ ਨਾ ਹੋਵੇ, ਉਹ ਗੱਲ ਪੱਤਰਕਾਰ ਤੇ ਵੀ ਇਹ ਤੇ ਵੀ ਲਾਗੂ ਹੁੰਦੀ, ਸਭ ਦੇ ਉੱਤੇ ਲਾਗੂ ਹੁੰਦੀ ਹੈ। ਜਦੋਂ ਤੁਸੀਂ ਗਾਇਆ ਨਾ ਗੀਤ, ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਹੀ ਪਿੰਡ ਬਕਾਊ ਹੈ, ਤੇ ਮੈਨੂੰ ਇਹ ਲੱਗਾ ਵੀ ਏਦਾਂ ਦੀ ਨਿੱਗਰ ਸੋਚ ਵਾਲੇ ਇਨਸਾਨਾਂ ਦੀ ਬਹੁਤ ਵੱਡੀ ਜ਼ਰੂਰਤ ਆ। ਉਹ ਗਾਣਾ ਜਦੋਂ ਮੈਂ ਸੁਣਦਾ ਨਾ
ਤੇ ਮੈਂ ਭਾਵਕ ਵੀ ਹੋ ਜਾਂਦਾ ਮੈਨੂੰ ਇਉਂ ਲੱਗਦਾ ਮੈਂ ਇੱਕ ਗਾਇਕ ਦਾ ਗੀਤ ਨਹੀਂ ਸੁਣ ਰਿਹਾ ਮੈਂ ਕਿਤੇ ਸੈਮੀਨਾਰ ਦੇ ਵਿੱਚ ਆਇਆ ਹੋਇਆ ਕੀ ਬਾਤ ਹੈ ਜੀ ਬਹੁਤ ਹੀ ਵਧੀਆ ਰਾਈਟਰ ਨੇ ਜਿਹਨਾਂ ਨੇ ਯਾਰਾਂ ਦੇ ਲਿਖਿਆ ਕੁਲਦੀਪ ਕੰਡੇਰਾ ਜੀ ਦਾ ਉਹਨਾਂ ਦਾ ਲਿਖਿਆ ਹੋਇਆ ਜੀ ਬੜਾ ਭਗਤ ਬੰਦਾ ਜੀ ਔਰ ਬਹੁਤ ਵਧੀਆ ਲਿਖਣੀ ਦਾ ਮਾਲਕ ਹੈ ਔਰ ਬਹੁਤ ਸਾਫ਼ ਸੁਥਰੀ ਸੋਚ ਔਰ ਬਹੁਤ ਇਮਾਨਦਾਰ ਬੰਦਾ ਜੀ ਤੇ ਉਹਦੇ ਮਤਲਬ ਜਿਹੜੇ ਲਿਖਣ ਚ ਵੀ ਇਮਾਨਦਾਰੀ ਚੱਲਦੀ ਬਿਲਕੁਲ ਤੇ ਇਸ ਗੀਤ ਦੇ ਬਾਈ ਦੋ ਬੋਲ ਹੋ ਜਾਣ ਸਭ ਲੋਕੀ ਨੇ ਮਜ਼ਬੂਰ ਜਹੇ ਸਭ ਹੰਬੇ ਹੰਬੇ ਹੋਏ ਬਿਰੰਗੀ ਨਾਲ ਹਲਾਤਾਂ ਨੇ ਸਭ ਲੋਕੀ ਚੰਬੇ ਹੋਏ ਗਰਜਾ ਕਰਜ਼ੇ ਵਿੱਚ ਡੁੱਬ ਚੁੱਕਿਆ ਗਰਜਾ ਕਰਜ਼ੇ ਵਿੱਚ ਗਰਜਾ ਕਰਜ਼ੇ ਵਿੱਚ ਡੁੱਬ ਚੁੱਕਿਆ ਭਾਵੇਂ ਬਾਈਆ ਭਾਵੇਂ ਬਾਊਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਿਕਾਊਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਿਕਾਊਆ ਵਾਹ ਪੰਜਾਬ ਦੀ ਦੇਖੋ ਅਸਲ ਕਹਾਣੀ ਇਹੀ ਹੈ ਤੇ ਤੁਸੀਂ ਤਾਂ ਇੰਗਲੈਂਡ ਚਲੇ ਗਏ ਹੋ ਮਗਰੋਂ ਇੱਕ ਹੋਰ ਗੱਲ ਸਾਹਮਣੇ ਆ ਗਈ ਹੈ ਜੀ ਦੁਆਬੇ ਦੇ ਵਿੱਚ ਇੱਕ ਕਰਮਜੀਤ ਅਨਮੋਲ ਬਾਈ ਜੀ ਦਿਵਿਆ ਗ੍ਰਾਮ ਨਾਂ ਦਾ ਪਿੰਡ ਕਾਗਜ਼ਾਂ ਦੇ ਵਿੱਚ ਚੱਲੀ ਜਾਂਦਾ ਓਦਾਂ ਉਹਦੀ ਜ਼ਮੀਨ ਵੀ ਕੋਈ ਨਹੀਂ ਉਹਦਾ ਸਰਪੰਚ ਵੀ ਕੋਈ ਨਹੀਂ ਉੱਥੇ ਕੋਈ ਖੰਭਾ ਨਹੀਂ ਲੱਗਾ ਉਹ ਪਿੰਡ ਹੀ ਹੈ ਨਹੀਂ ਪਰ ਉਹਦੇ ਨਾਂ ਦੇ ਉੱਤੇ ਗ੍ਰਾਂਟਾਂ 5 ਸਾਲ ਤੋਂ ਕਈ ਲੋਕ ਖਾਈ ਜਾਂਦੇ ਆ ਕਾਗਜ਼ਾਂ ਦੇ ਵਿੱਚ ਪਿੰਡ ਚੱਲੀ ਜਾਂਦੇ ਪੰਜਾਬ ਦੇ ਅੰਦਰ ਇਹ ਦੁਆਬੇ ਦੇ ਵਿੱਚ ਜਲੰਧਰ ਦੇ ਵਿੱਚ ਹੈ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਪੂਰਨ ਸਿੰਘ ਦੇ ਵੱਲੋਂ ਨੂਰ ਮਹਿਲ ਵਾਲੇ ਵੱਲੋਂ ਵੀ ਇਹ ਪਿੰਡ ਹੈ ਕਿੱਥੇ ਮਾੜਾ ਮੋਟਾ ਝਲਕਾਰਾ ਹੀ ਦੱਸ ਦਿਓ ਧਰਤੀ ਦੇ ਕਿਹੜੇ ਹਿੱਸੇ ਚ ਕਿਆ ਬਾਤ ਹੈ ਦੇਖੋ ਜੀ ਹਨਾ ਉਹ ਪਿੱਛੇ ਜੀ ਇੱਕ ਬੜੀ ਅੱਜ ਤੋਂ ਮੈਂ ਕਿਹਾ ਵੀ 25-30 ਸਾਲ ਪੁਰਾਣੀ ਗੱਲ ਹੈ ਤੇ ਇੱਥੇ ਭਗਵੰਤ ਮਾਨ ਜੀ ਦੀ ਸ਼ੂਟਿੰਗ ਸੀ ਇੱਧਰ ਮੇਰੇ ਖਿਆਲ ਵੀ ਕੁਰਾਲੀ ਇਲਾਕੇ ਚ ਕੋਈ ਪੁਲ ਸੀਗਾ ਅੱਛਾ ਜੀ ਤੇ ਉਹ ਬਣਿਆ ਨੀ ਸੀ ਤੇ ਕਲੀ ਕਰਨ ਆ ਗਏ ਸੀ ਉਹਨੂੰ ਅੱਛਾ ਪੁਲ ਬਣਿਆ ਨੀ ਕਲੀ ਕਰਨ ਆ ਗਏ ਪੁਲ ਖਾ ਗਏ ਰੇਤ ਖਾ ਗਏ ਦਰਿਆ ਖਾ ਗਏ ਸਭ ਕੁਝ ਖਾ ਗਏ ਮਿਹਨਤ ਕਿੱਥੇ ਕਮਜ਼ੋਰ ਆ ਲੋਕਾਂ ਦੇ ਬਿਲਕੁਲ ਜੀ ਮੈਂ ਦੇਖੋ ਅਕਸਰ ਹੀ ਗੱਲ ਕਰ ਦਿੰਦਾ ਵੀ ਜੋ ਮਰਜ਼ੀ ਹੈ ਜਿਹੜੇ ਮਰਜ਼ੀ ਹੈ ਅੱਗੇ ਨੇ ਸਾਡੇ ਮੁਲਕ ਕੁਛ ਵੀ ਹੈ ਪਰ ਜੋ ਠਾਸ ਸਾਡੀ ਹੈ ਪਿੰਡਾਂ ਦੀ ਸਾਡੇ ਮੁਲਕ ਦੀ ਹੈ ਨਾ ਘਰਾਂ ਦੀ ਹੈ ਉਹ ਨੀ ਕਿਤੇ ਲੱਭਦੀ ਬਿਲਕੁਲ ਜਿਹੜੀਆਂ ਗੱਲਾਂ ਸਾਡੇ ਦੇਸ਼ ਦੀਆਂ ਕੰਧਾਂ ਲੁਕੋ ਲੈਂਦੀਆਂ ਕੋਈ ਨੀ ਲੁਕੋ ਸਕਦਾ ਕਰਮਜੀਤ ਬਾਈ ਜੀ ਇੱਕ ਤੁਹਾਡੀ ਜਿਹੜੀ ਫਿਲਮ ਆਈ ਸੀਗੀ ਜਿਹਦੇ ਬਾਈ ਤੁਸੀਂ ਹਲਵਾਈ ਦਾ ਕਿਰਦਾਰ ਨਿਭਾਇਆ ਉਹ ਵੀ ਬਾਕਮਾਲ ਸੀ ਹਾਂਜੀ ਹਾਂਜੀ ਉਹ ਫਿਰ ਤੁਸੀਂ ਕਿਵੇਂ ਸਾਰੀ ਕਹਾਣੀ ਘੜੀ ਕਿਸ ਤਰੀਕੇ ਦੇ ਨਾਲ ਉਸ ਕਿਰਦਾਰ ਦੇ ਵਿੱਚ ਢਲੇ ਇਹਦੇ ਬਾਰੇ ਤਾਂ ਜ਼ਰੂਰ ਦੱਸੋ ਜੀ ਇਹ ਤਾਂ ਐਕਚੁਅਲੀ ਫਿਲਮ ਸੀ ਜੀ ਮੰਜੇ ਸਿੱਤਰੇ ਤੇ ਮੈਨੂੰ ਜਿੱਤੀ ਗਰੇਵਾਲ ਦਾ ਫੋਨ ਆਇਆ ਕਿ ਫਿਲਮ ਕਰਨੀ ਆ ਤਾਂ ਤੁਸੀਂ ਮਤਲਬ ਬੇਟਾ ਲੂਟਾਂ ਦਿਓ ਤੇ ਸਭ ਤੋਂ ਸੋਚੋ ਤਾਂ ਮੇਰੇ ਕੋਲ ਡੇਟ ਤਾਂ ਹੈ ਨੀ ਸੀਗੀਆਂ ਜਿਹੜੇ ਸਾਨੂੰ ਜਿਹੜੀਆਂ ਡੇਟਾਂ ਮੈਂ ਦਿੱਤੀਆਂ ਤੇ ਮੇਰੇ ਕੋਲ ਉਹ ਟਾਈਮ ਨਹੀਂ ਸੀਗਾ ਮੇਰੇ ਕੋਲ ਸਿਰਫ ਥੋੜੇ ਜਿਹੇ ਦਿਨ ਸੀਗੇ ਮੈਂ ਕਿਹਾ ਵੀ ਚਲੋ ਆਪਣਾ ਭਰਾ ਆਇਆ ਵੀ ਆਪਾਂ ਏਦਾਂ ਫੋਨ ਤੇ ਚੰਗਾ ਨੀ ਲੱਗਦਾ ਜਵਾਬ ਦਿੰਦਾ ਮੈਂ ਘਰੇ ਜਾ ਕੇ ਮਹਾਂ ਰਿਸਪੈਕਟ ਬੋਲੀ ਉਹਨਾਂ ਨੂੰ ਕਹਿ ਕੇ ਆਉਂਦਾ ਵੀ ਵਿਆਹ ਮਿਲ ਗਈ ਵੀ ਮੈਂ ਫਿਲਮ ਕਰਨ ਚਾਹਦਾ ਜਦੋਂ ਮੈਂ ਗੱਲ ਦੱਸੀ ਸੀ ਤੇ ਉਹ ਕਹਿੰਦਾ ਨਹੀਂ ਬਾਈ ਇਹ ਫਿਲਮ ਤਾਂ ਤੁਸੀਂ ਤਾਂ ਜ਼ਰੂਰੀ ਚਾਹੀਦੇ ਹੋ ਕਹਿੰਦਾ ਵੀ ਚੱਲ ਦਿਨ ਕਿੰਨੇ ਆ ਤੁਹਾਡੇ ਕੋਲੇ ਮਗਰ ਵੀ ਮੇਰੇ ਕੋਲੇ 5-6 ਦਿਨ ਆ ਕਹਿੰਦਾ ਮੈਨੂੰ 6 ਦਿਨ ਦੇ ਦੇ ਵੈਸੇ 25 ਦਿਨ ਦਾ ਕੰਮ ਚੱਲ ਰਿਹਾ ਉਹ ਫਿਲਮ ਚ ਕਹਿੰਦਾ 6 ਦਿਨਾਂ ਚ ਉਸ ਤੋਂ ਬਾਅਦ ਫਿਰ ਕਰੈਕਟਰ ਦੀ ਗੱਲ ਆ ਗਈ ਕਿਹੋ ਜਿਹਾ ਕਰੈਕਟਰ ਪਹਿਲਾਂ ਮੈਂ ਮੁੰਡਾ ਸੀਗਾ ਤੇ ਬਜ਼ੁਰਗ ਕੋਈ ਹੋਰ ਸੀਗੇ ਤੇ ਰਾਣਾ ਜਗ ਬਹਾਦਰ ਜੀ ਸੀ ਮੈਂ ਕਿਹਾ ਵੀ ਮੈਂ ਇਹਦਾ ਪਿਓ ਬਣਨਾ ਅੱਛਾ ਇਹ ਕਰੈਕਟਰ ਦਾ ਤੇ ਵੀ ਮੈਂ ਬਜ਼ੁਰਗ ਬਣਨਾ ਸਾਰੇ ਕਹਿੰਦੇ ਵੀ ਨਹੀਂ ਯਾਰ ਵੀ ਥੋੜੇ ਦਿਨਾਂ ਨੂੰ ਤਾਂ ਸ਼ੂਟ ਸ਼ੁਰੂ ਇੰਨੀ ਜਲਦੀ ਆਪਾਂ ਕਰ ਨੀ ਸਕਦੇ ਨਾ ਸਕ੍ਰਿਪਟ ਹੋ ਕਰਕੇ ਤੇ ਉਹ ਗਿੱਪੀ ਦੀ ਕਿਸਮ ਕਹਿੰਦਾ ਨਹੀਂ ਤੁਸੀਂ ਰਹਿਣ ਦੋ ਮੈਂ ਤੇ ਕਰ ਲੂੰਗਾ ਮੈਨੂੰ ਕੋਈ ਚੱਕਰ ਨਹੀਂ ਬਾਈ ਕਹਿੰਦਾ ਤੁਸੀਂ ਕਰੋ ਜਨਮਤ ਸੇਠੀ ਜਿਹੜੀ ਮੇਕਅਪ ਕਰਦੀ ਸੀ 3 ਘੰਟੇ ਹੋ ਗਏ ਮੇਕਅਪ ਤੇ ਅੱਛਾ
ਬਜ਼ੁਰਗ ਬਣਾਉਣ ਉਹ ਤਿੰਨ ਸਾਲ ਮੇਕਅਪ ਕਰਦੇ ਤੇ ਨਾਲ ਮੈਂ ਉੱਥੇ ਜਿਹੜੇ ਵੀ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਉਹਨਾਂ ਨਾਲ ਵੀ ਉਵੇਂ ਗੱਲਾਂ ਕਰੀਏ ਉਹਨਾਂ ਨੂੰ ਆਇਆ ਲੱਗਦਾ ਵੀ ਕੋਈ 80 ਸਾਲ ਦਾ ਬੁੜਾ ਹੀ ਹੈ ਵੀ ਡਰਗਾ ਤੇ ਉਹ ਮੇਰੇ ਨਾਲ ਬਸ ਤੋਂ ਵੀ ਗੱਲਾਂ ਕਰ ਜਾਂਦੇ ਤੇ ਜਿਹੜਾ ਕੋਈ ਗੈਸਟ ਸੈੱਟ ਤੇ ਆਉਂਦਾ ਕੋਈ ਵੀ ਚਾਹੇ ਆਪਣੇ ਇੰਡਸਟਰੀ ਦਾ ਸੀਗਾ ਉਹ ਮੇਰੇ ਪੈਰੀ ਹੱਥ ਲਾ ਕੇ ਮਤਲਬ ਅੱਗੇ ਲੰਘ ਜਾਂਦਾ ਵੀ ਕੋਈ ਬਜ਼ੁਰਗ ਬੈਠਾ ਬੰਦਾ ਕਲਾਕਾਰ ਪੁਰਾਣਾ ਅੱਛਾ ਉਹ ਜਦੋਂ ਫਿਲਮ ਆਈ ਉਦੋਂ ਬਾਅਦ ਚ ਕਈਆਂ ਤਾਂ ਫਿਲਮ ਦੇਖ ਕੇ ਵੀ ਨੀ ਪਤਾ ਲੱਗਿਆ ਨਿਆਣਾ ਸੀ ਬਹੁਤ ਖੂਬ ਬਾਈ ਜੀ ਇਹ ਦੇਖੋ ਇੱਕ ਤਾਂ ਮਲਵਈ ਠੇਠਤਾ ਤੁਹਾਡੇ ਅੰਦਰ ਇੱਕ ਤੁਸੀਂ ਸੰਘਰਸ਼ ਦੇ ਜਿਹੜੇ ਨੱਕੇ ਦੇ ਵਿੱਚੋਂ ਲੰਘੇ ਆ ਉਹ ਸਾਰੀਆਂ ਗੱਲਾਂ ਨਾ ਬੰਦੇ ਦੇ ਸੁਭਾਅ ਦੇ ਵਿੱਚ ਹੁੰਦੀਆਂ ਮੈਂ ਆਮ ਤੌਰ ਤੇ ਦੇਖਦਾ ਵੀ ਇੱਕ ਦੋ ਗਾਣੇ ਹਿੱਟ ਹੋ ਜਾਣ ਤੇ ਬੰਦਾ ਨਾ ਤਾਂ ਨੂੰ ਫੁਲਕਾ ਚਲਾ ਕੇ ਖਾਣ ਲੱਗ ਜਾਂਦਾ ਤੇ ਤੁਹਾਡੇ ਅੰਦਰ ਜਿਹੜੀ ਹਲੀਮੀ ਆ ਨਾ ਉਹ ਮੇਰਾ ਖਿਆਲ ਆ ਵੀ ਇਹ ਏਦਾਂ ਹੀ ਨਾ ਬੰਦੇ ਨੂੰ ਰਗੜ ਰਗੜ ਕੇ ਮਿਲਣੀ ਚਾਹੀਦੀ ਸਫਲਤਾ ਨਹੀਂ ਤਾਂ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਬਿਲਕੁਲ ਜੀ ਜਿਹੜੀ ਜਿਹੜਾ ਸੰਘਰਸ਼ ਹੈ ਜਿਹੜੀ ਮਿਹਨਤ ਹੈ ਜਾਂ ਕੁਛ ਵੀ ਹੈ ਬੰਦੇ ਨੂੰ ਹੋਰ ਕੁਛ ਚਾਹੇ ਨਾ ਆਵੇ ਪਰ ਬੰਦੇ ਨੂੰ ਬੰਦਾ ਜ਼ਰੂਰ ਬਣਾ ਬਹੁਤ ਖੂਬ ਬਹੁਤ ਖੂਬ ਜਿਹੜਾ ਕਿਉਂਕਿ ਜਦੋਂ ਤੁਸੀਂ ਕੋਈ ਦੇਖਦੇ ਹੋ ਕੋਈ ਤੁਹਾਡੇ ਮਨ ਚ ਕੋਈ ਇਹੋ ਜਿਹਾ ਵਿਚਾਰ ਆਉਂਦਾ ਕਿ ਉਸਦੀ ਚਲਾਕੀ ਦਾ ਜਾਂ ਕੋਈ ਫਿਰ ਤੁਹਾਨੂੰ ਆਪਣੇ ਦਿਨ ਯਾਦ ਆ ਜਾਂਦਾ ਫਿਰ ਉਹ ਸੋਚ ਕੇ ਵੀ ਨਹੀਂ ਹੈ ਮੇਰੇ ਤੇ ਕੀ ਬੀਤੀ ਸਾਰਾ ਕੁਛ ਹੋਇਆ ਮੈਂ ਉਹ ਘੱਟ ਤੋਂ ਘੱਟ ਜਿਹੜਾ ਸੰਘਰਸ਼ ਬੰਦਾ ਉਹ ਕਿਸੇ ਦਾ ਮਾੜਾ ਨਹੀਂ ਕਰ ਬਹੁਤ ਖੂਬ ਬਹੁਤ ਖੂਬ ਤੇ ਬਾਈ ਜੀ ਹੁਣ ਤੱਕ ਅੰਦਾਜ਼ੇ ਦੇ ਮੁਤਾਬਕ ਕਿੰਨੀਆਂ ਫਿਲਮਾਂ ਕਰ ਲਈਆਂ ਹੋਣਗੀਆਂ ਜੀ ਜਿਹਨਾਂ ਨੂੰ ਹੀਰੋ ਕਹਿੰਦੇ ਆ ਵੱਡੇ ਕਲਾਕਾਰ ਗਾਇਕਾਂ ਤੋਂ ਅਦਾਕਾਰ ਬਣੇ ਜਾਂ ਸੱਚੀ ਮੁੱਚੀ ਜਿਹੜੇ ਕਲਾਕਾਰ ਪਹਿਲੇ ਹੀ ਅਦਾਕਾਰ ਸੀ ਉਹਨਾਂ ਸਾਰਿਆਂ ਦੇ ਨਾਲ ਕੰਮ ਕਰ ਲਿਆ ਸਭ ਤੋਂ ਵੱਧ ਸਵਾਦ ਕਿਹੜੀ ਟੀਮ ਦੇ ਵਿੱਚ ਜਾਂ ਕਿਹੜੇ ਹੀਰੋ ਦੀ ਫਿਲਮ ਦੇ ਵਿੱਚ ਕੰਮ ਕਰਕੇ ਆਉਂਦਾ ਜੀ ਸਾਰੀ ਵਧੀਆ ਭਾਜੀ ਜਿਵੇਂ ਹੁਣ ਗਿੱਪੀ ਹੈ ਗਿੱਪੀਆਂ ਸਾਡੀ ਤਕਰੀਬਨ ਸਾਰੀ ਟੀਮ ਹੁੰਦੀ ਉੱਥੇ ਬੜਾ ਸਵਾਦ ਉਹਦੇ ਵਿੱਚ ਬਿੰਨੂ ਵੀ ਹੁੰਦਾ ਹਨਾ ਹੋਰ ਦੇ ਸੋਹੀ ਸਾਹਿਬ ਜਾਂ ਭੁੱਗੀ ਭਾਜੀ ਆਪਣਾ ਬੀ ਐਨ ਜੀ ਭੱਲਾ ਸਾਹਿਬ ਸਾਰੇ ਇਹਨਾਂ ਨਾਲ ਜਦੋਂ ਇਕੱਠੇ ਹੁੰਦਾ ਉਦੋਂ ਬਹੁਤ ਸਵਾਦ ਹੁੰਦਾ ਜੀ ਕੰਮ ਕਰਨ ਦਾ ਤੇ ਫਿਰ ਜੋ ਭਿੜ ਕੇ ਆਉਂਦਾ ਜਦੋਂ ਬੰਦਾ ਇੱਕ ਦੂਜੇ ਨਾਲ ਉਹ ਸਵਾਦ ਹੀ ਵੱਖਰਾ ਹੁੰਦਾ ਮੈਨੂੰ ਤਾਂ ਹੋਰ ਜਾਣਕਾਰੀ ਮਿਲੀ ਹੈ ਕਹਿੰਦੇ ਵੀ ਗਿੱਪੀ ਗਰੇਵਾਲ ਦੀਆਂ ਫਿਲਮਾਂ ਦੇ ਵਿੱਚ ਬਾਈ ਜੀ ਬਹੁਤ ਹੁੰਦੇ ਆ ਉਹਨਾਂ ਨੇ 58 ਸਾਲ ਬਾਅਦ ਪੈਨਸ਼ਨ ਵੀ ਲਾਉਣੀ ਕਰਮਜੀਤ ਅਨਮੋਲ ਉਹ ਜਮਾ ਪਿਆਰ ਹੈ ਜੀ ਵਧੀਆ ਤਕਰੀਬਨ ਵਧੀਆ ਫਿਲਮਾਂ ਹੁੰਦੀਆਂ ਨੇ ਉਹਨਾਂ ਨਾਲ ਬਾਕੀ ਸਾਰੇ ਜਿੰਨੇ ਹੀਰੋ ਚਾਹੇ ਐਮੀ ਹੈ ਬਾਵਾ ਸਾਰੇ ਵਧੀਆ ਆਪਣਾ ਵਧੀਆ ਪ੍ਰੇਮ ਹੈ ਜੀ ਸਾਰਿਆਂ ਦਾ ਸਾਰਿਆਂ ਨਾਲ ਹੀ ਕੰਮ ਕੀਤਾ ਮੈਂ ਵਧੀਆ ਭਗਵੰਤ ਮਾਨ ਤੁਸੀਂ ਬੀਨੂ ਢਿੱਲੋਂ ਸੀਰੀਅਲਾਂ ਦੇ ਵਿੱਚ ਕਰਦੇ ਹੁੰਦੇ ਸੀਗੇ ਤੇ ਤੁਸੀਂ ਵੱਖ ਵੱਖ ਚੈਨਲਾਂ ਦੇ ਉੱਤੇ ਆਉਂਦੇ ਰਹੇ ਆ ਉਹ ਦੌਰ ਕਿੰਨਾ ਕੁ ਚੇਤੇ ਵਿੱਚ ਹੁੰਦਾ ਰਹਿੰਦਾ ਜੀ ਭਾਜੀ ਉਹ ਸਭ ਤੋਂ ਵਧੀਆ ਦੌਰ ਸੀ ਸਾਡਾ ਜੇ ਅਸੀਂ ਉਹਦੀ ਚਲਾਉਂਦੇ ਤਾਂ ਸ਼ਾਇਦ ਅੱਜ ਫਿਲਮਾਂ ਚ ਬਣਾਉਂਦੇ ਕਿਉਂਕਿ ਲੋਕਾਂ ਨੇ ਮੇਰਾ ਕੰਮ ਦੇਖਿਆ ਹੋਇਆ ਸੀ ਜੀਵਨ ਕਰਕੇ ਤੇ ਉਹ ਮੈਨੂੰ ਫਿਲਮਾਂ ਦੇ ਵਿੱਚ ਐਂਟਰੀ ਉਹਦੇ ਕਰਕੇ ਮਿਲੀ ਔਰ ਸੌਖੀ ਮਿਲੀ ਤੇ ਉਹ ਵਕਤ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਭਾਜੀ ਉਹਦੇ ਕਰਕੇ ਸਾਡੀਆਂ ਚੜਾ ਸਾਰਿਆਂ ਨੇ ਉਹੀ ਟੀਮ ਹੈ ਚਾਹੇ ਚੌੜਾ ਚਾਹੇ ਜਿਹਨੂੰ ਰਣਵੀਰ ਜੀ ਨੇ ਹਨਾ ਸਾਰੇ ਮਤਲਬ ਸਾਰਿਆਂ ਨੇ ਅਸੀਂ ਹਮੇਸ਼ਾ ਉਹਨੂੰ ਯਾਦ ਕਰਕੇ ਇੰਜੋਏ ਕਰਦੇ ਹਾਂ ਉਸ ਵਕਤ ਬਾਈ ਜੀ ਇਸ ਕਲਾ ਖੇਤਰ ਦੇ ਵਿੱਚ ਦੀ ਹੁਣ ਤੱਕ ਨਿਕਲਦੇ ਆ ਬਹੁਤ ਕੁਝ ਮਨ ਦੀ ਸਲੇਟ ਦੇ ਉੱਤੇ ਉਕਰਿਆ ਹੋਣਾ ਕੋਈ ਚੰਗਾ ਪ੍ਰਭਾਵ ਕੋਈ ਮਾੜਾ ਪ੍ਰਭਾਵ ਕੋਈ ਇੱਕ ਇਹੋ ਜਿਹੀ ਯਾਦ ਤੁਹਾਡੇ ਨਾਲ ਜੁੜ ਗਈ ਹੋਵੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਯਾਰ ਕਰਮਜੀਤ ਅਨਮੋਲ ਇਹ ਤਾਂ ਆਖਰੀ ਸਾਹ ਤੱਕ ਗੱਲ ਚੇਤੇ ਦੇ ਵਿੱਚੋਂ ਨਿਕਲਣੀ ਨੀ ਕੁਝ ਇਹੋ ਜਿਹਾ ਮੈਂ ਤੁਹਾਨੂੰ ਕਲਾਕਾਰ ਦੀ ਲਾਈਫ ਬਾਰੇ ਦੱਸਦਾ ਬਹੁਤ ਕਲਾਕਾਰਾਂ ਨਾਲ ਏਦਾਂ ਹੋਇਆ ਹੋਊਗਾ 2017 ਦੀ ਗੱਲ ਹੈ ਮੇਰੇ ਕੈਨੇਡਾ ਦੇ ਵਿੱਚ ਸ਼ੋਅ ਸੀਗੇ
ਕਾਮੇਡੀ ਸ਼ੋਅ ਸੀਗੇ ਤੇ ਮੇਰੇ ਮਦਰ ਦੀ ਡੈਥ ਹੋ ਗਈ ਸੀ ਅੱਛਾ ਜੀ ਤੇ ਹਾਂਜੀ ਤੇ ਮਤਲਬ ਉੱਥੋਂ ਆ ਨਹੀਂ ਸਕਦਾ ਸੀਗਾ ਮੈਂ ਮੌਕੇ ਤੇ ਤੇ ਹਾਲਾਂਕਿ ਜਿਹੜੇ ਉਹਦੇ ਪ੍ਰਮੋਟਰ ਸੀਗੇ ਟੋਰਾਂਟੋ ਦੇ ਵਿੱਚ ਜਿਹਨਾਂ ਇੱਕ ਮੁਛੱਡਾ ਬਹੁਤ ਛੋਟੀ ਉਮਰ ਦਾ ਮੁੰਡਾ ਤੇ ਜਦੋਂ ਮੈਂ ਜਾਣਾ ਗਿਆ ਕਹਿੰਦਾ ਬਾਈ ਤੁਸੀਂ ਚਲੇ ਜਾਓ ਵੀ ਜਿੱਦਾਂ ਤੁਹਾਡਾ ਲਾਸ ਹੋਇਆ ਮੇਰਾ ਤਾਂ ਕੁਛ ਵੀ ਨੀ ਉਸ ਲਾਸ ਦੇ ਅੱਗੇ ਹੋਇਆ ਹਨਾ ਮੇਰੇ ਨਾਲ ਵੀ ਮੈਂ ਉਹਨਾਂ ਮੇਰੇ ਨਾਲ ਦੇ ਕਲਾਕਾਰ ਸਾਰਿਆਂ ਦਾ ਮਤਲਬ ਕੰਮ ਖਰਾਬ ਹੋ ਜਾਣਾ ਸੀਗਾ ਜੇ ਕੁਛ ਵੀ ਚਲੋ ਕੋਈ ਮਤਲਬ ਉਦੋਂ ਫਲਾਈਟ ਨੀ ਸੀਗੀ ਜਿਹੜਾ ਮੈਂ ਮੌਕੇ ਤੇ ਬੰਦ ਕਰਦਾ ਜਿਸ ਦਿਨ ਮੇਰੀ ਮਾਂ ਦੇ ਜਿਹੜੇ ਟਾਈਮ ਜਿਸ ਟਾਈਮ ਫੁੱਲ ਚੁਕੇ ਜਾ ਰਹੇ ਸੀ ਤੇ ਮੈਂ ਉਸ ਟਾਈਮ ਲੋਕਾਂ ਨੂੰ ਉਠਾ ਰਿਹਾ ਓਹੋ ਹਾਂ ਤੇ ਉਸ ਤੋਂ ਬਾਅਦ ਜਦੋਂ ਅਨਾਊਂਸਮੈਂਟ ਹੋਈ ਸਟੇਜ ਤੋਂ ਵੀ ਅੱਜ ਵੀ ਏਦਾਂ ਟ੍ਰੈਜਡੀ ਹੋਈ ਹੈ ਕਰਨ ਦੇ ਨਾਲ ਤਾਂ ਜਿਹੜੇ ਬਜ਼ੁਰਗ ਔਰਤਾਂ ਸੀਗੀਆਂ ਹੋਰ ਲੋਕ ਸੀਗੇ ਮੇਰੇ ਆ ਕੇ ਗੱਲ ਨਾਲ ਲੱਗ ਕੇ ਰੋ ਕੇ ਗਏ ਕਹਿੰਦੇ ਵੀ ਮੇਰਾ ਨਾਮ ਜੋਖਾ ਫਿਲਮ ਤਾਂ ਦੇਖੀ ਸੀ ਪਰ ਅੱਜ ਸਾਹਮਣੇ ਬਹਿ ਗਿਆ ਬਹੁਤ ਤੁਸੀਂ ਵੱਡੀ ਤੇ ਭਾਵੁਕਤਾ ਵਾਲੀ ਗੱਲ ਕਹੀ ਬਾਈ ਜੀ ਮੈਂ ਵੀ ਭਾਵੁਕ ਹੋ ਗਿਆ ਬਈ ਸੱਚੀ ਮੁੱਚੀ ਇਹ ਕੁਝ ਪਿੰਡੇ ਦੇ ਉੱਤੇ ਹੰਡਾਉਣਾ ਪੈਂਦਾ ਤੇ ਜਦੋਂ ਮਾਪੇ ਤੁਰ ਜਾਂਦੇ ਆ ਜਿਵੇਂ ਤੁਹਾਡੇ ਸਤਿਕਾਰਯੋਗ ਮਾਤਾ ਜੀ ਨਹੀਂ ਮੇਰੇ ਸਤਿਕਾਰਯੋਗ ਪਿਤਾ ਜੀ ਨਹੀਂ ਤੇ ਆਪਾਂ ਸਮਝ ਸਕਦੇ ਪੀੜ ਨੂੰ ਇਹ ਕਦੇ ਵੀ ਪੀੜ ਆ ਜਿਹੜੀ ਉਹ ਚੇਤੇ ਦੇ ਵਿੱਚੋਂ ਨਿਕਲ ਨਹੀਂ ਸਕਦੀ ਕਿਉਂਕਿ ਅਸੀਂ ਉਹਨਾਂ ਦੇ ਭੁੱਖੋਂ ਜਾਏ ਆ ਤੇ ਕਦੇ ਇਹ ਹੋ ਸਕਦਾ ਵੀ ਬਦਲ ਉਹਨਾਂ ਦਾ ਦੁਨੀਆਂ ਦੇ ਉੱਤੇ ਕੋਈ ਨਹੀਂ ਭਾਵੇਂ ਅਰਬਪਤੀ ਖਰਬਪਤੀ ਕੋਈ ਬੰਦਾ ਕੁਛ ਵੀ ਬਣ ਜੇ ਬਿਲਕੁਲ ਜੀ ਚਲੋ ਤੁਹਾਡੇ ਮਾਤਾ ਜੀ ਦੇ ਤੁਸੀਂ ਸੁਪਨੇ ਸਾਕਾਰ ਕਰ ਰਹੇ ਆ ਤੇ ਤੁਸੀਂ ਲਗਾਤਾਰ ਬਾਈ ਜੀ ਕਰਦੇ ਰਹੋ ਸਿਰਫ 2 ਮਿੰਟ ਦਾ ਸਮਾਂ ਰਹਿ ਗਿਆ ਇੱਕ ਆਪਦੀ ਪਸੰਦ ਦੇ ਬੋਲ ਸੁਣਾ ਦਿਓ 2 ਤੇ ਫਿਰ ਆਪਾਂ ਇਜਾਜ਼ਤ ਲੈ ਗਏ ਹਾਂਜੀ ਮੈਂ ਸੁਣਾਉਣਾ ਬਾਣ ਸਾਹਿਬ ਦੇ ਗੀਤ ਹੁਣ ਉਹ ਵੀ ਮਤਲਬ ਮੈਂ ਉਹ ਸੁਣਾ ਦਿੰਦਾ ਜਿਹੜਾ ਕਿਉਂਕਿ ਲੱਖਾਂ ਦੀ ਸਮਾਨ ਗਏ ਹੋਣਗੇ ਪਰ ਉਹ ਗਾਣੇ ਨੂੰ ਕੋਈ ਵੀ ਗਾਣਾ ਬ੍ਰੇਕ ਨਹੀਂ ਕਰ ਸਕਿਆ ਜੀ ਜੀ ਉਹ ਨਾ ਹੁੰਦੀ ਏ ਮਾਂ ਦੁਨੀਆ ਵਾਲੇ ਉਹ ਮਾਂ ਹੈ ਠੰਡੜੀ ਛਾਂ ਦੁਨੀਆ ਵਾਲੇ ਮਾਂ ਵੀ ਨਾ ਕੋਈ ਨਾ ਲਾਡ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਉਹ ਖੋ ਲੈਂਦੇ ਟੁੱਕ ਕਾਂ ਦੁਨੀਆ ਵਾਲੇ ਓ ਮਾਂ ਹੁੰਦੀ ਏ ਵਾਹ ਬਹੁਤ ਖੂਬ ਮਾਣਕ ਸਾਹਿਬ ਦਾ ਬਦਲ ਕੋਈ ਨੀ ਤੁਸੀਂ ਵੀ ਬਹੁਤ ਸੋਹਣਾ ਬਾਈ ਜੀ ਗਾਇਆ ਸਭ ਦੀਆਂ ਮਾਵਾਂ ਸਭ ਦੇ ਬਾਪੂ ਜੀ ਨੂੰ ਲੱਖ ਵਾਰੀ ਸਲਾਮ ਆ ਜਿਨ੍ਹਾਂ ਦੇ ਕਰਕੇ ਅਸੀਂ ਇਸ ਦੁਨੀਆਂ ਦੇ ਉੱਤੇ ਆਏ ਹਾਂ ਬਾਈ ਜੀ ਫ੍ਰੈਂਡਸ ਰੇਡੀਓ ਦੇ ਉੱਤੇ ਤੁਸੀਂ ਗੱਲਬਾਤ ਕੀਤੀ ਆ ਹੁਣ ਕਿਹੋ ਜਿਹਾ ਤੁਸੀਂ ਤਾਂ ਮੈਨੂੰ ਲੱਗਦਾ ਵੀ ਇੱਥੇ ਕਾਫੀ ਆਲੇ ਦੁਆਲੇ ਦੇ ਰੁਝੇਵਿਆਂ ਦੇ ਵਿੱਚੋਂ ਤੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਬਖਸ਼ੇ ਖੁਸ਼ੀਆਂ ਕਿਹੜੇ ਬਖਸ਼ੇ ਇਹ ਵੀ ਮੇਰੀ ਦਿਲੀ ਦੁਆਏ ਜੀ ਰੱਬ ਕਿਰਦਾ ਬਹੁਤ ਮਿਹਰਬਾਨੀ ਬਾਈ ਜੀ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਈ ਜੀ ਥੈਂਕ ਯੂ ਮਿਹਰਬਾਨੀ ਜਾਣੇ ਬਸ ਦੇ ਸ਼ੁਕਰੀਆ